ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾਾ ਪਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਐਸ ਇੰਟੈਲੀਜੈਂਸ ਨੇ ਯੂਐਸ ਕਾਂਗਰਸ ਸਾਹਮਣੇ ਰੱਖੀ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਮੋਦੀ ਦੀ ਅਗਵਾਈ ਵਿੱਚ ਭਾਰਤ ਪਾਕਿਸਤਾਨ ਦੇ ਖਿਲਾਫ ਕਦੇ ਵੀ ਕੋਈ ਫੌਜੀ ਕਾਰਵਾਈ ਕਰ ਸਕਦਾ ਹੈ। ਇਸ ਦੇ ਲਈ ਕੋਈ ਵੀ ਝੜਕਾਉ ਘਟਨਾ ਦਾ ਕਾਰਨ ਬਣ ਸਕਦੀ ਹੈ। ਸੋ ਇਸੇ ਤਰ੍ਹਾਂ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਦੀਆਂ ਸਰਹੱਦਾਂ ਤੇ ਅਜੇ ਭਾਰੀ ਤਣਾਅ ਬਣਿਆ ਹੋਇਆ ਹੈ। ਬਾਵੇਂ ਕਿ ਕੁਝ ਥਾਵਾਂ ਤੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟੀਆਂ ਹਨ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਦੂਸਾਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਦੇਖਣ ਸੁਣਨ ਅਤੇ ਲਿਖਣ ਲਈ ਤੁਹਾਡਾ ਸਭ ਤਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਮਰੀਕਾ ਦੇ ਸਿਸਟਮ ਚ ਜਿਹੜਾ ਇੰਟੈਲੀਜੈਂਸ ਦਾ ਰੋਲ ਹੈ ਔਰ ਇਹ ਕੋਈ ਜਵੇਂ ਉਹਨਾਂ ਮੁਲਕਾਂ ਚ ਭਾਰਤ ਵਰਗੇ ਦੇਸ਼ ਚ ਜਿਵੇਂ ਸਭ ਕੁਝ ਦਬਾ ਲਿਆ ਜਾਂਦਾ ਹੈ ਸਿਰਫ ਜੀਤ ਡੋਵਲ ਨੂੰ ਪਤਾ ਹੈ ਜਾਂ ਜੀਤ ਡੋਵਲ ਨੇ ਮੋਦੀ ਨੂੰ ਕੀ ਕਿਹਾ ਹੈ ਜਾਂ ਕਿਵੇਂ ਉੱਥੇ ਕੁਆਟਰਰੀ ਰਨ ਕਰਦੀ ਹੈ ਔਰ ਬਾਕੀ ਹਰ ਚੀਜ਼ ਜਿਹੜੀ ਹੈ ਉਹ ਰਾ ਦੀਆਂ ਐਕਟੀਵਿਟੀਆਂ ਹੋਣ ਇੰਟੈਲੀਜੈਂਸ ਬਿਊਰੋ ਹੋਏ ਜਾਂ ਦਰਜਨ ਤੋਂ ਜ਼ਿਆਦਾ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਹਨ ਬਿਲਕੁਲ ਔਰ ਕੋਈ ਅਕਾਉਂਟੇਬਿਲਟੀ ਨਹੀਂ ਹੈ ਉਹਨਾਂ ਨੂੰ ਕਿੰਨੇ ਫੰਡ ਜਾਂਦੇ ਨੇ ਉਹ ਫੰਡ ਅੱਗੇ ਇੱਥੇ ਐਮਬੈਸੀਆਂ ਕੌਂਸੂਲੇਟਾਂ 'ਚ ਕਿਵੇਂ ਉਹ ਡਿਸਟ੍ਰਿਬਿਊਟ ਕਰਦੇ ਨੇ ਬਲੈਕ ਮਨੀ ਕਿਵੇਂ ਲੋਕ ਖਰੀਦੇ ਜਾਂਦੇ ਨੇ ਕੀ ਨੀਤੀਆਂ ਕੁਝ ਨਹੀਂ ਹੈ ਅਮਰੀਕਾ 'ਚ ਵੀ ਇੱਕ ਸੈਗਮੈਂਟ ਤਾਂ ਜ਼ਰੂਰ ਕਨਫਿਡੈਂਸ਼ੀਅਲ ਹੁੰਦਾ ਹੈ ਜਦੋਂ ਕੋਈ ਉਹਨਾਂ ਦੇ ਅੰਦਰੂਨੀ ਮੁਲਕਾਂ ਦੇ ਮਿਸ਼ਨ ਨੇ ਪਰ ਕੁੱਲ ਮਿਲਾ ਕੇ ਜਿਹੜੀ ਅਮਰੀਕਾ ਦੀ ਇੰਟੈਲੀਜੈਂਸ ਕਮਿਊਨਿਟੀ ਹੈ ਔਰ ਖਾਸ ਤੌਰ ਤੇ ਜਿਵੇਂ CIA ਹੈ ਇਹ ਇੱਕ ਪੂਰੀ ਏਜੰਸੀ ਹੈ ਜਿਸ ਦੀ ਸੈਨੇਟ ਔਰ ਕਾਂਗਰਸ ਦੀਆਂ ਕਮੇਟੀਆਂ ਨੇ ਜਿਹਨਾਂ ਸਾਹਮਣੇ ਇਹਨਾਂ ਦੀ ਹੀਅਰਿੰਗ ਹੁੰਦੀ ਹੈ ਇਹਨਾਂ ਦੇ ਬਜਟ ਨੂੰ ਵੀ ਉਹ ਅਪਰੂਵ ਕਰਦੇ ਨੇ ਉਹਨਾਂ ਦੀਆਂ ਕਾਰਵਾਈਆਂ ਉਹ ਕੀ ਕਰ ਸਕਦੇ ਨੇ ਕੀ ਨਹੀਂ ਉਹਦੇ 'ਚ ਭਾਵੇਂ ਕੁਝ ਮਾਮਲੇ ਐ ਜੋ ਕਨਫਿਡੈਂਸ਼ੀਅਲ ਬਰੀਫਿੰਗ ਹੁੰਦੀ ਐ ਉਹ ਉਹਨਾਂ ਦੀ ਬਰੀਫਿੰਗ ਹੁੰਦੀ ਐ ਲੇਕਿਨ ਜਿਹੜੀ ਬਾਕੀ ਇਹਨਾਂ ਦੀ ਡਾਟਾ ਕਲੈਕਟ ਕਰਕੇ ਕਿਸੇ ਮੁਰਖ ਖਿੱਤੇ ਬਾਰੇ ਰਿਪੋਰਟ ਤਿਆਰ ਕਰਨ ਵਾਲੀ ਇੰਟੈਲੀਜੈਂਸ ਕਮਿਊਨਿਟੀ ਐ ਜਿਹਨਾਂ ਦੇ ਆਫਿਸ ਨੂੰ ਆਫਿਸ ਆਫ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਕਹਿੰਦੇ ਨੇ ਉਹ ਐਨੂਅਲ ਜਿਹੜੀ ਮੁਲਕਾਂ ਦੀ ਹਾਲਤ ਐ ਅੰਦਰੂਨੀ ਗਵਾਂਡ ਚ ਕੀ ਐ ਟਰਬਲ ਪੁਆਇੰਟ ਕੀ ਨੇ ਉਸ ਦੀ ਰਿਪੋਰਟ ਰੈਗੂਲਰਲੀ ਜਿਹੜਾ ਉਹ ਕਾਂਗਰਸ ਨੂੰ ਦਿੰਦੀ ਆ ਉਸ ਦੀ ਹੀアリング ਹੁੰਦੀ ਆ ਉਹਦੇ ਚ ਜਿਹੜੀਆਂ ਕਮੇਟੀਆਂ ਬੈਠਦੀਆਂ ਨੇ ਉਹਦੇ ਤੇ ਸਵਾਲ ਵੀ ਕਰਦੀਆਂ ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਔਰ ਇਹ ਇਕੱਲੇ ਇੱਕ ਮੁਲਕ ਦੇ ਹਵਾਲੇ ਨਾਲ ਨਹੀਂ ਹੁੰਦੀ ਅਸੀਂ ਦੋਨੋਂ ਹੀ ਚੁਣੇ ਨੇ ਪਾਕਿਸਤਾਨ ਬਾਰੇ ਕੀ ਕਿਆ ਹੈ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਔਰ ਭਾਰਤ-ਚੀਨ ਸਬੰਧਾਂ ਬਾਰੇ ਪਰ ਇਸ ਰਿਪੋਰਟ ਦੇ ਵਿੱਚ ਬੜੀ ਡੀਟੇਲਡ ਰਿਪੋਰਟ ਹੈ ਜਿਹੜੀ ਕਿ ਪੂਰੀ ਪਬਲਿਸ਼ ਵੀ ਹੁੰਦੀ ਹੈ ਅ ਕਿ ਉਹਦੇ ਚ ਉਹਨਾਂ ਨੇ ਦੁਨੀਆ ਭਰ ਚੋਂ ਕਿਉਂਕਿ ਅਮਰੀਕਨ ਇੰਟੈਲੀਜੈਂਸ ਦੀ ਰਿਪੋਰਟ ਹੈ ਇਹਨਾਂ ਨੇ ਆਪਣੇ ਮੁਲਕ ਦੇ ਇੰਟਰਸਟ ਵਾਚ ਕਰਦੇ ਨੇ ਅਮਰੀਕਨ ਨੀਤੀ ਕੀ ਬਣਨੀ ਹੈ ਇਸ ਦਾ ਬੇਸ ਜਿਹੜਾ ਇਹਨਾਂ ਰਿਪੋਰਟਾਂ ਤੇ ਬੇਸਡ ਹੁੰਦਾ ਇਹ ਵੀ ਹੁੰਦੀਆਂ ਨੇ ਫਿਰ ਜਿਹੜੇ ਇਹਨਾਂ ਦੇ ਆਪਣੇ ਮਿਸ਼ਨ ਨੇ ਐਮਬੈਸੀਜ਼ ਕੌਂਸੂਲੇਟਸ ਉਹਨਾਂ ਤੋਂ ਜਿਹੜੇ ਉਹਨਾਂ ਨੂੰ ਇਨਪੁਟ ਮਿਲਦੀ ਹੈ ਯਾਨੀ ਔਰ ਉਹਦੇ ਚ ਵੀ ਕਾਫੀ ਕੁਝ ਖੁਫੀਆ ਵੀ ਹੁੰਦਾ ਹੈ ਜਿਵੇਂ ਵਿਕੀ ਲੀਕਸ ਵਾਲਿਆਂ ਨੇ ਜਦੋਂ ਬਹੁਤ ਸਾਰੀਆਂ ਜਿਹੜੀਆਂ telegrams ਉੱਥੋਂ ਆਈਆਂ ਜਾਂ ਉਹ ਕੀ ਹੈ ਕਿਉਂਕਿ ਜਿੰਨੇ ਫਿਰ ਇਹਨਾਂ ਦੇ ਅੰਬੈਸੀਆਂ ਜਾਂ ਹਾਈ ਕਮਿਸ਼ਨ ਜਾਂ ਕੌਂਸੂਲੇਟ ਨੇ ਉਹਨਾਂ ਚ ਵੀ ਇੰਟੈਲੀਜੈਂਸ ਆਪਰੇਟਿਵ ਰੱਖੇ ਹੁੰਦੇ ਨੇ ਜਿਹੜੇ ਲੋਕਲ ਉਹਨਾਂ ਦਾ ਅੱਗੋਂ ਆਪਣਾ ਨੈਟਵਰਕ ਹੁੰਦਾ ਉਹਨਾਂ ਮੁਲਕਾਂ 'ਚ ਉਹਨਾਂ ਨੇ ਖਰੀਦੇ ਹੁੰਦੇ ਨੇ ਬੰਦੇ ਕਈ ਤਾਂ ਮੁਲਕਾਂ ਦੇ ਪ੍ਰਾਈਮ ਮਿਨਿਸਟਰੀ ਉਹਨਾਂ ਲਈ ਕੰਮ ਕਰਦੇ ਹੁੰਦੇ ਨੇ ਜਿਵੇਂ ਮੁਰਾਰਜੀ ਦੇਸਾਈ ਬਾਰੇ ਸੀ ਕਿ CIA ਲਈ ਕੰਮ ਕਰਦਾ ਸੀ ਔਰ ਹੁਣ ਵੀ ਮੋਦੀ ਮੁੜ ਕੇ ਕਿਹਦੇ ਲਈ ਕੰਮ ਕਰਦਾ ਹੈ ਇਹ ਜਿਹੜੇ ਭੁੱਖੇ ਅਮਿਤ ਸ਼ਾਹ ਮੋਦੀ ਇਹ ਸਾਰੇ ਕੋਈ ਮੁਸਾਦਾ ਏਜੰਟ ਨਿਕਲਣਾ ਕੋਈ ਕਿਸੇ ਦਾ ਨਿਕਲਣਾ ਸੋ ਉਹ ਵੀ ਇੱਕ ਸੋਰਸ ਹੁੰਦਾ ਪਰ ਕਿਉਂਕਿ ਇਹ ਪਬਲਿਕ ਚ ਡਿਸਕਸ ਵੀ ਹੁੰਦੀਆਂ ਨੇ ਜਿਹੜੀਆਂ ਕਾਂਗਰੈਸ਼ਨਲ ਕਮੇਟੀ ਸਾਹਮਣੇ ਆਉਂਦੀਆਂ ਤੇ ਇਹ ਇੱਕ ਟ੍ਰੈਂਡ ਵੀ ਸ਼ੋ ਕਰਦੇ ਆ ਕਿ ਵੀ ਅਮਰੀਕਨ ਜਿਹੜੇ ਨੇ ਔਰ ਇਹ ਜਦੋਂ ਰਿਪੋਰਟ ਤਿਆਰ ਕਰਦੇ ਨੇ ਉਹਨਾਂ ਦੇ ਆਪਣੇ ਜਿਹੜੇ ਨੇ ਐਕਸਪਰਟ ਵੀ ਨੇ ਉਸ ਫੀਲਡ ਦੇ ਆਪਣੇ ਥਿੰਕ ਟੈਂਕਸ ਵੀ ਨੇ ਉਹਨਾਂ ਤੋਂ ਵੀ ਇਨਪੁਟ ਲੈਂਦੇ ਨੇ ਕੁਝ ਜਿਹੜਾ ਓਵਰ ਆਲ ਦੇਖਦੇ ਨੇ ਹਾਲਾਤ ਦੇ ਉੱਤੇ ਨਿਗਾਸਾਨੀ ਵੀ ਹੁੰਦੀ ਹੈ ਔਰ ਇਸ ਦੇ ਉੱਤੇ ਬੇਸਡ ਰਿਪੋਰਟ ਹੁੰਦੀ ਹੈ ਔਰ ਇਹ ਜਿਹੜੀ ਅੱਜ ਮੇਨ ਖਬਰਾਂ ਨੇ ਸਾਰੇ ਇੰਟਰਨੈਸ਼ਨਲ ਮੀਡੀਆ ਕਿਉਂਕਿ ਹਰ ਦੇਸ਼ ਨੇ ਆਪਣੀ ਇੰਪੋਰਟੈਂਸ ਦੇ ਲਿਹਾਜ਼ ਨਾਲ ਕਿ ਇਸ ਰਿਪੋਰਟ ਤੋਂ ਦੇ ਬਾਰੇ ਕੀ ਕਿਹਾ ਹੈ ਈਰਾਨ ਇਜ਼ਰਾਈਲ ਜਿਹੜਾ ਕਲੈਸ਼ ਕਿੱਥੇ ਤੱਕ ਜਾਏਗਾ ਜਿਹੜਾ ਯੂਕਰੇਨ ਨੂੰ ਲੈ ਕੇ ਜੋ ਹੁਣ ਰਸ਼ੀਆ ਨੇ ਲਾਈਨ ਲਈ ਹੋਈ ਹੈ ਕਿ ਉਹ ਐਨੈਕਸ ਵੀ ਕਰ ਸਕਦਾ ਹੈ ਉਹਦੇ ਤੇ ਕੀ ਹੋਏਗਾ ਨੈਟੋ ਉਹਨੂੰ ਕਿਵੇਂ ਲਏਗਾ 터ਕੀ ਜਿਹੜਾ ਇਸ ਮੁੱਦੇ ਤੇ ਅਮਰੀਕਾ ਦੇ ਕਲੋਜ਼ ਹੈ ਕਿਉਂਕਿ ਉਹ ਯੂਕਰੇਨ ਉਦੇ ਮਾਮਲੇ ਚ ਸਪੋਰਟਰ ਹੈ ਯੂਕਰੇਨ ਦਾ ਉਹਦਾ ਕੀ ਹੋਏਗਾ ਤਾਈਵਾਨ ਨੂੰ ਲੈ ਕੇ ਕੀ ਹਾਲਾਤ ਬਣੇ ਹੋਏ ਨੇ ਇਸ ਵੇਲੇ ਜਿਹੜੀ ਹੈ ਚਾਈਨੀਜ਼ ਆਰਮੀ ਉਹ ਲਾਈਵ ਜਿਹੜੀ ਹੈ ਉੱਥੇ ਐਕਸਰਸਾਈਜ਼ ਕਰ ਰਹੀ ਹੈ ਔਰ ਉਹਨਾਂ ਨੇ ਕਿਹਾ ਜੀ ਇਹ ਐਕਸਰਸਾਈਜ਼ ਨਹੀਂ ਕਰ ਲੀਆਂ ਇਹ ਕੰਬੈਟ ਰੈਡੀਨੈਸ ਵੀ ਹੈ ਸੋ ਇਸ ਸਾਰੇ ਕਰਕੇ ਇਸ ਵੇਲੇ ਸਾਡੇ ਸਾਰੇ ਖਿੱਤੇ ਚ ਚੀਨ ਕਿਉਂਕਿ ਚਾਰ ਚ ਫੇਰੋਂ ਘੇਰਿਆ ਤਾਂ ਚਾਇਨਾ ਨੂੰ ਹੋਇਆ ਦੇ ਚਾਈਨਾ ਦੇ ਹਵਾਲੇ ਨਾਲ ਵੀ ਇਸ ਰਿਪੋਰਟ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਔਰ ਦੋ ਜਿਹੜੀਆਂ ਮੇਨ ਹੈਡਲਾਈਨਸ ਪਹਿਲੀ ਬਹੁਤਿਆਂ ਨੇ ਉੱਥੋਂ ਦੇ ਮੀਡੀਆ ਨੇ ਵੀ ਦਿੱਤੀ ਹੈ ਪਾਕਿਸਤਾਨ ਦੇ ਹਵਾਲੇ ਨਾਲ ਪਹਿਲਾਂ ਇਸ ਇੰਟੈਲੀਜੈਂਸ ਰਿਪੋਰਟ ਦੀ ਗੱਲ ਕਰੀਏ ਇੰਡੀਆ ਅੰਡਰ ਮੋਦੀ ਮੋਰ ਲਾਈਕਲੀ ਟੂ ਰਿਸਪੌਂਡ ਵਿਦ ਮਿਲਟਰੀ ਫੋਰਸ ਟੂ ਪਾਕਿਸਤਾਨ ਪ੍ਰੋਵੋਕੇਸ਼ਨਸ ਔਰ ਇਹ ਉਹਨਾਂ ਨੇ ਜਿਹੜਾ ਐਗਜ਼ੈਕਟ ਇਸ ਰਿਪੋਰਟ ਚੋਂ ਮੈਂ ਕੋਟ ਕਦਰਾਂਤ ਜਾਣਦੇ ਕਿ ਪਾਕਿਸਤਾਨ ਦੇ ਹਵਾਲੇ ਨਾਲ ਇੰਡੀਆ ਪਾਕਿਸਤਾਨ ਰਿਲੇਸ਼ਨਸ ਦੇ ਇਸ ਰਿਪੋਰਟ ਨੇ ਕੀ ਕਿਹਾ ਇਹ ਇਹਨੂੰ ਇਸ ਰਿਪੋਰਟ ਦਾ ਨਾ ਐਨੂਅਲ ਥ੍ਰੈਟ ਅਸੈਸਮੈਂਟ ਰਿਪੋਰਟ ਹੈ ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੰਡਰ ਦਾ ਲੀਡਰਸ਼ਿਪ ਲੀਡਰਸ਼ਿਪ ਆਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੰਡੀਆ ਇਜ਼ ਮੋਰ ਲਾਈਕਲੀ ਦੈਨ ਇਨ ਦਾ ਪਾਸਟ ਟੂ ਰਿਸਪੌਂਡ ਵਿਦ ਮਿਲਟਰੀ ਫੋਰਸ ਟੂ ਪਰਸੀਵਡ Or, really, or perceived or real Pakistani provocations and heightened tensions raise the risk of conflict between the two nuclear armed neighbors, with violent unrest in Kashmir or a militant attack in India being potential flashpoints. It said, quote unquote. When I exact us report, the ਜਿਹੜੀ ਹੈ ਸ਼ਬਦਾਵਲੀ ਹੈ ਉਹਦੀ ਲੈਂਗੁਏਜ ਹੈ ਔਰ ਮੈਂ ਇਹਨੂੰ ਐਕਸਪਲੇਨ ਕਰਦੇ ਆ ਕਿ ਮੋਦੀ ਦੇ ਪ੍ਰਾਈਮ ਮਿਨਿਸਟਰ ਹੁੰਦੇ ਆ ਇਸ ਗੱਲ ਦੀਆਂ ਕਾਫੀ ਸੰਭਾਵਨਾਵਾਂ ਨੇ ਪਿੱਛੇ ਦੇ ਮੁਕਾਬਲੇ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਜੀ ਕਿ ਭਾਵੇਂ ਥ੍ਰੈਟ ਅਸਲੀਏ ਬਿਲਕੁਲ ਜਾਂ ਪਰਸੀਵਡ ਹੈ ਪਰਸੀਵਡ ਹੈ ਜਿਵੇਂ ਆਪ ਹੀ ਕ੍ਰੀਏਟ ਕਰਦੇ ਹੋ ਅਸਲੀ ਜਿਵੇਂ ਅਸਲੀ ਵਾਂਗ ਕ੍ਰੀਏਟ ਕਰਨਾ ਜਿਵੇਂ ਪੁਲਵਾਮਾ ਦਾ ਡਰਾਮਾ ਔਰ ਜਿਵੇਂ ਕਿਸੇ ਨੇ ਇੰਡੀਅਨ ਐਕਸਪਰਟ ਨਹੀਂ ਕਿਹਾ ਸੀ ਕਿ ਵੀ ਐਸਾ ਕੀ ਹੁੰਦਾ ਹੈ ਕਿ ਵੀ ਜਦੋਂ ਚੋਣਾ ਆਂਦੀ ਹੈ ਉਦੋਂ ਕਿਤੇ ਨਾ ਕਿਤੇ ਫੌਜੀ ਮਾਰੇ ਜਾਂਦੇ ਨੇ ਪਹਿਲਾਂ ਪੁਲਵਾਮਾ ਵਾਲਾ ਪਾਰਟ ਹੋਇਆ ਔਰ ਹੁਣ ਵੀ ਜਦੋਂ ਪੰਜ ਸੂਬਿਆਂ ਚ ਸੀ ਉਹਨਾਂ ਨੇ ਭਾਵੇਂ ਨਕਸਲੀਆਂ ਦੇ ਹਵਾਲੇ ਨਾਲ ਕਿਹਾ ਕਿ ਛਤੀਸਗੜ੍ਹ ਚ 22 ਜਿਹੜੇ ਨੇ ਸੋਲਜਰ ਉਹਦੇ ਚ ਉਹਨਾਂ ਦੀ ਕੋਬਰਾ ਫੋਰਸ ਦੂਜੇ ਮਾਰੇਗੇ ਕਿ ਵੀ ਇਹ ਇਸੇ ਮੌਕੇ ਦੇ ਹੁਣ ਇਹਨੂੰ ਦੇਖਣ ਨੂੰ ਇਹ ਰੀਅਲ ਲੱਗਦੇ ਨੇ ਕਿ ਜੀ ਰੀਅਲ ਘਟਨਾਵਾਂ ਹੋਈਆਂ ਖਾਸ ਤੌਰ ਤੇ ਪੁਲਵਾਮਾ ਵਾਲੀ ਪਰ ਇਹ ਜਿਹੜੀਆਂ ਨੇ ਬਹੁਤ ਵਾਰ ਸਿਚੁਏਸ਼ਨ ਕੰਟ੍ਰਾਈਬ ਕੀਤੀ ਜਾਂਦੀ ਹੈ ਕੰਟ੍ਰਾਈਬ ਕਰਨ ਦੇ ਲਈ ਬਿਸ਼ੱਕ ਚਿਹਰੇ ਉਹੀ ਵਰਤੇ ਜਾਂਦੇ ਨੇ ਜਿਹੜੇ ਬਹੁਤਿਆਂ ਨੂੰ ਲੱਗਦਾ ਜਿਵੇਂ ਅਸੀਂ ਜੇ 에어 ਇੰਡੀਆ ਦਾ ਹਾਦਸਾ ਦੇਖੀਏ ਕਨਿਸ਼ਕਾ ਦਾ ਕੈਨੇਡਾ ਜਿੱਦੇ 329 ਮੁਸਾਫਰ ਬੇਗੁਨਾਹ ਮਾਰੇ ਗਏ ਸੀ ਉਸ ਸਿੱਖਾਂ ਦੇ ਖਾਤੇ ਚ ਪਾਇਆ ਗਿਆ ਪਰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਉਹ ਕੰਮ ਸੀ ਰਾਦ ਹੈ ਚਿਹਰੇ ਜਿਹੜੇ ਨੇ ਉਹ ਸਿੱਖ ਵਰਤੇ ਗਏ ਉਹ ਭਾਵਨਾ ਦੇ ਥੱਲੇ ਖਰੀਦ ਦੇ ਥੱਲੇ ਜ਼ਜ਼ਬਾਤ ਦੇ ਥੱਲੇ ਮਿਸ ਇਨਫਾਰਮੇਸ਼ਨ ਦੇ ਥੱਲੇ ਇਹ ਡਿਬੇਟ ਹੋ ਸਕਦੇ ਆ ਪਰ ਇਹਦੇ ਬਾਰੇ ਕੋਈ ਦੋਰਾਵਾ ਨਹੀਂ ਨੇ ਕਿ ਇਹੀ ਕੰਮ ਏਜੰਸੀਆਂ ਕਰਦੀਆਂ ਨੇ ਇਹੀ ਜਿਹੜੇ ਅਸੀਂ ਪੁਲਵਾਮਾ ਦੇ ਹਵਾਲੇ ਨਾਲ ਵੀ ਦੇਖ ਸਕਦੇ ਆ ਇਹੀ ਵਰਤਾਰਾ ਹੋਰ ਥਾਵਾਂ ਤੇ ਵੀ ਦੇਖਿਆ ਜਾ ਸਕਦਾ ਉਹਨੂੰ ਭਾਵੇਂ ਕੋਈ ਵੀ ਪਰ ਇਹ ਰਿਪੋਰਟ ਇਹ ਕਹਿੰਦੀ ਹੈ ਕਿ ਭਾਈ ਮੋਦੀ ਜਿਹੜਾ ਉਹ ਮਿਲਿਟੈਰਲੀ ਰਿਸਪੌਂਡ ਕਰੇਗਾ ਭਾਵੇਂ ਥ੍ਰੈਟ ਅਸਲੀ ਹੈ ਜਾਂ ਪਰਸੀਵਡ ਔਰ ਉਹਦੇ ਚ ਜਿਹੜਾ ਉਹਨਾਂ ਨੇ ਕਿਹਾ ਹੈ ਔਰ ਇਸ ਚੋਂ ਜਿਹੜੀਆਂ ਟੈਂਸ਼ਨਸ ਵਧ ਰਹੀਆਂ ਨੇ ਹਾਈ ਟੈਂਸ਼ਨਸ ਇਹ ਉਸ ਕਨਫਲਿਕਟ ਜਾਂ ਟਕਰਾਅ ਦੇ ਰਿਸਕ ਨੂੰ ਹੋਰ ਵੀ ਵਧਾ ਦਿੰਦੀਆਂ ਨੇ ਔਰ ਇਸ ਗੱਲ ਦਾ ਹੋਰ ਵੀ ਫੇਰ ਫੀਅਰ ਹੁੰਦਾ ਹੈ ਕਿ ਟੂ ਨਿਊਕਲੀਅਰ ਆਰਮਡ ਨੇਬਰਸ ਗਵੰਡੀ ਨੇ ਦੋਨੋਂ ਹੀ ਨਿਊਕਲੀਅਰ ਹਥਿਆਰਾਂ ਵਾਲੇ ਨੇ ਔਰ ਉਹਦੇ ਵਿੱਚ ਕੀ ਘਟਨਾਵਾਂ ਜਿਹੜੀਆਂ ਨੇ ਉਹ ਪਰਸੀਵਡ ਜਾਂ ਰੀਅਲ ਥ੍ਰੈਟ ਦੇ ਤੌਰ ਤੇ ਯੂਜ਼ ਕੀਤੀਆਂ ਜਾ ਸਕਦੀਆਂ ਨੇ ਮੋਦੀ ਵੱਲੋਂ ਪਾਕਿਸਤਾਨ ਦੇ ਖਿਲਾਫ ਮਿਲਟਰੀ ਐਕਸ਼ਨ ਦੇ ਲਈ ਵਾਇਲੈਂਟ ਅਨਰੈਸਟ ਇਨ ਕਸ਼ਮੀਰ ਕਿ ਕਸ਼ਮੀਰ ਦਾ ਹੁਣ ਜਿੱਥੇ ਤੁਸੀਂ ਲੋਕਾਂ ਦੇ ਹੱਕ ਖੋਏ ਹੋਏ ਨੇ 1 ਮਿਲੀਅਨ ਫੌਜ ਰੱਖੀ ਹੋਈ ਹੈ ਰੋਜ਼ਾਨਾ ਐਨਕਾਊਂਟਰ ਬਣਾ ਕੇ ਬੇਗੁਨਾ ਕਸ਼ਮੀਰੀ ਮਾਰੇ ਜਾ ਰਹੇ ਨੇ ਜੇ ਉਹ ਅੱਗੋਂ ਰਿਸਿਸਟ ਕਰਦੇ ਨੇ ਕਹੋ ਜੀ ਪਾਕਿਸਤਾਨ ਨੇ ਭੇਜੇ ਨੇ ਉਹ ਪਾਕਿਸਤਾਨ ਭਾਵੇਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਕਿਹਾ ਜੀ ਠੀਕ ਹੈ 2003 ਦਾ ਉਹਨੂੰ ਵੀ ਇਹੀ ਵਾਇਓਲੇਟ ਕਰ ਰਹੇ ਸੀ ਪਾਕਿਸਤਾਨ ਤਾਂ ਮੰਨਦਾ ਹੀ ਐ ਲੇਕਿਨ ਹੁਣ ਜੇ ਉਹਦੇ باوجود ਕਸ਼ਮੀਰੀ ਆਪਣੇ ਹੱਕਾਂ ਲਈ ਲੜ ਰਹੇ ਨੇ ਉਹਨਾਂ ਦੇ ਕੋਲ ਹੁਣ ਹਥਿਆਰਬੰਦ ਹੋਣ ਤੋਂ ਬਿਨਾ ਤਾਂ ਕੋਈ ਚਾਰਾ ਨਹੀਂ ਹੈ ਔਰ ਜਦੋਂ ਈਵਨ ਨਕਸਲੀਆਂ ਦੇ ਹਵਾਲੇ ਨਾਲ ਇਹਨੇ ਅਰੁਣ ਦਾਹਤੀ ਰਾਇਨ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਜੀ ਇਹ ਨਕਸਲੀ ਜਿਹੜੇ ਹਥਿਆਰ ਬੰਦ ਹੋ ਕੇ ਲੜਦੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਜਸਟੀਫਾਈ ਕਰ ਸਕਦੇ ਹੋ ਤਾਂ ਉਹਨੇ ਕਿਹਾ ਸੀ ਦੇ ਆਰ ਗਾਂਧੀਅਨਸ ਵਿਦ ਦਾ ਗਨਸ ਕਬੀ ਗਾਂਧੀ ਤਾਂ ਭੁਖੜਤਾ ਹਾਲ ਦਾ ਕਰਦਾ ਸੀ ਉਹਦੇ ਕੋਲ ਤਾਂ ਹੈ ਸੀ ਨਹੀਂ ਸੀ ਖਾਂਦਾ ਉਹਨਾਂ ਦੇ ਕੋਲ ਤਾਂ ਹੈ ਹੀ ਕੁਛ ਨਹੀਂ ਹੈ ਖਾਣ ਨੂੰ ਇਸ ਲਈ ਉਹ ਵੀ ਗਾਂਧੀਆ ਨਹੀਂ ਨੇ ਕਿਉਂਕਿ ਉਹ ਪ੍ਰੋਟੈਸਟ ਹੀ ਰਏ ਨੇ ਬਟ ਗਾਂਧੀਅਨਜ਼ ਵਿਦ ਦਾ ਗਾਂਜ ਹੁਣ ਅੱਜ ਕਸ਼ਮੀਰੀਆਂ ਦਾ ਵੀ ਜਿਹੜੇ ਕਸ਼ਮੀਰੀ ਇਸ ਰਸਤੇ ਤੇ ਨੌਜਵਾਨ ਤੁਰੇ ਨੇ ਜਾਂ ਕੱਲ ਨੂੰ ਤੁਰਨਗੇ ਦੇ ਆਰ ਗਾਂਧੀਅਨਜ਼ ਵਿਦ ਦਾ ਗਾਂਜ ਇਹਨਾਂ ਦੀ ਲੈਂਗੁਏਜ ਇਹਨਾਂ ਨੂੰ ਸਮਝਾਉਣਾ ਹੋਵੇ ਪਰ ਇਹਨਾਂ ਦੇ ਲਈ ਤਾਂ ਹਰ ਜਿਹੜਾ ਵੀ ਚੈਲੰਜ ਇਹਨਾਂ ਦੀ ਹਕੂਮਤ ਨੂੰ ਆਂਦਾ ਉਸ ਦੇ ਪਿੱਛੇ ਪਾਕਿਸਤਾਨ ਅਤੇ ਔਰ ਇਹ ਇਹ ਰਿਪੋਰਟ ਇੰਟੈਲੀਜੈਂਸ ਰਿਪੋਰਟ ਕਹਿੰਦੀ ਹੈ ਕਿ ਵੀ ਵਾਇਲੈਂਟ ਅਨਰਿਸਟ ਇਨ ਕਸ਼ਮੀਰ ਇਹਨੂੰ ਵੀ ਇਹ ਐਜ਼ ਅ ਬਹਾਨਾ ਵਰਤ ਸਕਦੇ ਨੇ ਮਿਲਿਟਰੀ ਸਟ੍ਰਾਈਕ ਲਈ ਔਰ ਇਹ ਮਿਲਿਟੈਂਟ ਅਟੈਕ ਇਨ ਇੰਡੀਆ ਬੀਇੰਗ ਪੋਟੈਂਸ਼ੀਅਲ ਫਲੈਸ਼ ਪੁਆਇੰਟਸ ਜਿਹੜੇ ਜਿਹੜੇ ਫਲੈਸ਼ ਪੁਆਇੰਟ ਹੁੰਦੇ ਨੇ ਉਹ ਕਿ ਜਿਹੜੇ ਇਕਦਮ ਇਸ ਕਨਫਲਿਕਟ ਨੂੰ ਲੈ ਆ ਸਕਦੇ ਨੇ ਦੋਵੇਂ ਹੀ ਨਿਊਕਲੀਅਰ ਆਰਮਡ ਸਟੇਟਸ ਨੇ ਸੋ ਹੁਣ ਇਹ ਘੱਟੋ ਘੱਟ ਪਾਕਿਸਤਾਨ ਦੇ ਉਹ ਲੋਕ ਜਿਹੜੇ ਵੀ ਉਹਨਾਂ ਦੇ ਹਾਇਰ ਉਸ ਪਾਲਿਸੀ ਮੇਕਿੰਗ ਚ ਬੈਠੇ ਨੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀ ਜੀ ਕਿ ਵਾਈਟ ਸ਼ੂਗਰ ਔਰ ਕਾਟਨ ਇੰਪੋਰਟ ਕਰਨੀ ਹੈ ਔਰ ਇਥੋਂ ਤੱਕ ਵੀ ਲੱਗਦਾ ਸੀ ਕਿ ਹਾਈ ਕਮਿਸ਼ਨਰ ਜਿਹੜੇ ਦੋਨਾਂ ਨੇ ਵਿਦਡਰਾ ਕੀਤੇ ਹੋਏ ਨੇ ਉਹ ਵਾਪਸ ਆ ਜਾਣ ਔਰ ਮੋਦੀ ਅਕਤੂਬਰ ਚ ਵਿਜ਼ਿਟ ਕਰੇ ਹੁਣ ਉਹਨਾਂ ਨੂੰ ਇਹ ਜ਼ਰੂਰ ਯੂਐਸ ਇੰਟੈਲੀਜੈਂਸ ਦੀ ਰਿਪੋਰਟ ਬਰੀਫਿੰਗ ਦੇਖਣੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਅਮਰੀਕਾ ਮੋਦੀ ਦੇ ਬੜਾ ਕਲੋਜ਼ ਹੈ ਭਾਰਤ ਦੇ ਚੀਨ ਦੇ ਖਿਲਾਫ ਉਹਨਾਂ ਨੂੰ ਵਰਤ ਰਹੇ ਨੇ ਔਰ ਇਹ ਹਕੀਕਤ ਬਿਆਨ ਕਰਦਾ ਹੈ ਕਿ ਭਾਈ ਇਹ ਫਿਰ ਉਹੀ ਗੱਲ ਕਿ ਵੀ ਇੱਕ ਫਿਰੇ ਨੱਥ ਕਢਾਉਣ ਨੂੰ ਤੇ ਇੱਕ ਫਿਰੇ ਨੱਕ ਵਢਾਉਣ ਨੂੰ ਹਾਲਾਤ ਇਹ ਨੇ ਹੁਣ ਦੂਸਰਾ ਕਿਉਂਕਿ ਮੈਂ ਜਿਵੇਂ ਕਿਹਾ ਕਿ ਚਾਈਨਾ ਦੇ ਹਵਾਲੇ ਨਾਲ ਵੀ ਬੇਸ਼ੱਕ ਭਾਰਤੀ মিডিਆ ਨੇ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਹੈ ਕਿ ਜੀ ਬਿਲਕੁਲ ਚੁੱਪਚਾ ਹੋ ਗਿਆ ਹੈ ਸ਼ਾਂਤ ਹੋ ਗਿਆ ਹੈ ਚੀਨ ਨੇ ਜਿਵੇਂ ਫੌਜ ਵਾਪਸ ਬੁਲਾ ਲਈ ਹੋਏ ਜਿਹੜਾ 1000 ਸਕਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਇਹਨਾਂ ਦੇ ਕਹਿਣ ਮੁਤਾਬਕ ਹਾਲਾਂਕਿ ਇਹ ਟੈਰੀਟਰੀ ਬਹੁਤ ਜ਼ਿਆਦਾ ਹੈ ਜਿਹੜੀ ਉਹਨਾਂ ਨੇ ਕੀਤੀ ਹੈ ਐਕਵਾਇਰ ਔਰ ਈਵਨ ਸਰ ਸਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਤਾਂ ਕਿਹਾ ਦੋ ਦਿਨ ਪਹਿਲਾਂ ਹੀ ਉਹਨਾਂ ਨੇ ਕਿਹਾ ਜੀ ਵੇਰਵਾ ਦੱਸੋ ਲੋਕਾਂ ਦੇ ਸਾਹਮਣੇ ਵਾਈਟ ਪੇਪਰ ਲਿਆਓ ਕਿ 1962 ਦੇ ਵਿੱਚ ਕਿੰਨੀ ਟੈਰੀਟਰੀ ਜਿਹੜੀ ਹੈ ਉਹ ਚਾਈਨਾ ਨੇ ਲਈ ਹੈ ਜਿਹੜੀ ਤੁਸੀਂ ਕਲੇਮ ਕਰਦੇ ਹੋ ਕੋਈ 30000 ਸਕਰ ਮਾਈਲ ਕਹਿੰਦਾ ਕੋਈ 30000 ਸਕਰ ਕਿਲੋਮੀਟਰ ਕਹਿੰਦਾ ਕੋਈ 60000 ਸਕਰ ਕਿਲੋਮੀਟਰ ਕਹਿੰਦਾ ਉਹਨਾਂ ਨੇ ਕਹਿਆ ਨਾਲ ਦੀ ਨਾਲ ਇਹ ਵੀ ਦੱਸੋ ਕਿ ਭਾਈ ਇਹ 2020 ਦੇ ਵਿੱਚ ਕਿੰਨੀ ਟੈਰੀਟਰੀ ਤੁਹਾਡੀ ਚੀਨ ਨੇ ਲਈ ਹੈ ਇਹਦਾ ਵਾਈਟ ਪੇਪਰ ਜਾਰੀ ਕਰੋ ਹੁਣ ਉੱਥੇ ਤਾਂ ਇਹ ਪ੍ਰਭਾਵ ਹੈ ਕਿ ਤੁਸੀਂ ਦੇਖੋਗੇ ਕਿ ਚੀਨ ਦੇ حوالے ਨਾਲ ਵੀ ਖਬਰਾਂ ਗਾਇਬ ਕਰਤੀਆਂ ਗਈਆਂ ਲੇਕਿਨ ਇਹ ਜਿਹੜੀ ਯੂਐਸ ਇੰਟੈਲੀਜੈਂਸ ਰਿਪੋਰਟ ਕਾਂਗਰਸ ਦੇ ਸਾਹਮਣੇ ਹੈ ਇਹਦੀ ਹੈਡਲਾਈਨ ਵੀ ਇਨਾ ਦੇ ਆਪਣੇ ਮੀਡੀਆ ਨੇ ਲਾਈ ਹੈ ਚਾਈਨਾ ਇੰਡੀਆ ਬਾਰਡਰ ਟੈਂਸ਼ਨਸ ਰਿਮੇਨ ਹਾਈ ਡਿਸਪਾਈਟ ਸਮ ਫੋਰਸਫੁਲ ਬੈਕਸ ਯੂ ਐਸ ਇੰਟੈਲੀਜੈਂਸ ਰਿਪੋਰਟ ਔਰ ਉਦੇ ਚ ਵੀ ਜੇ ਮੈਂ ਐਗਜ਼ੈਕਟ ਉਹਨਾਂ ਦੀ ਕੋਟ ਦੇ ਆ ਜਿਹੜੀ ਉਸ ਰਿਪੋਰਟ ਦਾ ਹਿੱਸਾ ਹੈ ਚਾਈਨਾ ਇੰਡੀਆ ਬਾਰਡਰ ਟੈਂਸ਼ਨਸ ਰਿਮੇਨ ਹਾਈ ਡਿਸਪਾਈਟ ਸਮ ਫੋਰਸਫੁਲ ਬੈਕਸ ਦੇ ਸੀਰ ਕਿ ਬਾਰਡਰ ਦੇ ਉੱਤੇ ਉਵੇਂ ਹੀ ਤਣਾਅ ਬਣਿਆ ਹੋਇਆ ਹੈ ਇਸ ਦੇ ਬਾਵਜੂਦ ਕਿ ਇਸ ਸਾਲ ਥੋੜਾ ਪੁਲ ਬੈਕ ਫੋਰਸਸ ਦਾ ਹੋਇਆ ਜਿਵੇਂ ਇੱਕ ਖੇਤਰ ਪੈਂਗੋਂਗਸੋ ਲੈ ਇੱਕ ਉਹ ਵੀ ਇੰਡੀਆ ਦੀ ਟੈਰੀਟਰੀ ਹੈ ਜ ਉਹਨਾਂ ਨੇ ਕਿਹਾ ਜੀ ਬਫਰ ਜ਼ੋਨ ਬਣਾ ਦਿਓ ਅੱਛਾ ਚਾਈਨਾਜ਼ ਓਕੂਪੇਸ਼ਨ ਸਿንስ ਮੇ 2020 ਆਫ ਕੰਟੈਸਟਡ ਬਾਰਡਰ ਏਰੀਆਜ਼ ਹੁਣ ਯੂਐਸ ਇੰਟੈਲੀਜੈਂਸ ਨੇ ਇਹ ਵੀ ਮੰਨ ਲਿਆ ਹੈ ਕਿ ਚਾਈਨਾ ਨੇ ਓਕੂਪਾਈ ਕੀਤੀ ਹੈ ਟੈਰੀਟਰੀ ਉਹ ਦੋਸੇ ਨੂੰ ਮੋਦੀ ਦੇ ਬਿਆਨ ਨਾਲ ਦੇਖੋ ਨਾ ਹੀ ਕੋਈ ਆਇਆ ਨਾ ਹੀ ਕੋਈ ਗਿਆ ਨਾ ਹੀ ਕੁਝ ਖੋਇਆ ਨਾ ਕੁਝ ਹਮਾਰਾ ਉਹਨਾਂ ਨੇ ਲਿਆ ਨਾ ਹਮਨੇ ਉਨ੍ਹਾਂ ਦਾ ਲਿਆ ਪਰ ਇਹ ਅਮਰੀਕਨ ਇੰਟੈਲੀਜੈਂਸ ਰਿਪੋਰਟ ਕਹਿੰਦੀ ਹੈ ਚਾਈਨਾਜ਼ ਓਕੂਪੇਸ਼ਨ ਸਿንስ ਮੇ 2020 ਇਹ ਮਈ ਚ ਓਕੂਪਾਈ ਕੀਤਾ ਹੈ ਅੱਛਾ ਇਸੇ ਲਈ ਜਿਹੜੀ ਗਲਵਾਨ ਦੇ ਵਿੱਚ ਫਿਸਟ ਫਾਈਟ ਹੋਈ ਔਰ ਇਹਨਾਂ ਦੇ 20 ਤੋਂ ਜ਼ਿਆਦਾ ਸੋਲਜਰ ਉਹਨਾਂ ਨੇ ਮਾਰੇ ਪੰਜ ਵੱਡੇ ਆਫੀਸਰ ਜਿਹੜੇ ਸੀਓ ਪ੍ਰिजनਰ ਬਣਾਏ ਹੌਸਟੇਜ ਜਿਹਨਾਂ ਨੂੰ ਬਾਅਦ ਜਿਹੜਾ 2-3 ਦਿਨ ਬਾਅਦ ਰੀਲੀਜ਼ ਕੀਤਾ ਉਹਨਾਂ ਨੇ ਕਿਹਾ ਇਸ ਰਿਪੋਰਟ ਨੇ ਚਾਈਨਾਜ਼ ਓਕੂਪੇਸ਼ਨ ਸਿንስ ਮੇ 2020 ਆਫ ਕੰਟੈਸਟਡ ਬਾਰਡਰ ਏਰੀਆਜ਼ ਇਸ ਦਾ ਮੋਸਟ ਸੀਰੀਅਸ ਐਸਕੇਲੇਸ਼ਨ ਇਨ ਡੈਕੇਡਸ ਕਿ ਕਈ ਦਹਾਕਿਆਂ ਬਾਅਦ ਮਤਲਬ 62 ਤੋਂ ਬਾਅਦ ਇਹ ਸਭ ਤੋਂ ਸੀਰੀਅਸ ਕੰਡੀਸ਼ਨ ਹੈ ਐਂਡ ਲੀਡ ਟੂ ਦਾ ਫਰਸਟ ਲੀਥਲ ਬਾਰਡਰ ਕਲੈਸ਼ ਬਿਟਵੀਨ ਦਾ ਟੂ ਕੰਟਰੀਜ਼ ਸਿንስ 1975 ਬਾਅਦ ਤੋਂ ਬਾਅਦ ਇਹ ਘਟਨਾ ਹੋਰ ਵੀ ਹੋਈ ਸੀ ਇਹਨਾਂ ਨੇ 1975 ਨਾਲ ਕਿਹਾ ਉਹਨਾਂ ਨੇ ਕਿਹਾ ਵੀ ਐਜ਼ ਆਫ ਮਿਡ ਫੈਬਰੂਰੀ ਕਿਉਂਕਿ ਇਹ ਰਿਪੋਰਟ ਉਹਨਾਂ ਨੇ ਫਰਵਰੀ ਦੇ ਮਿਡਲ ਤੱਕ ਤਿਆਰ ਕੀਤੀ ਹੈ ਅੱਛਾ ਆਫਟਰ ਮਲਟੀਪਲ ਰਾਉਂਡਸ ਆਫ ਟਾਕਸ ਬੋਥ ਸਾਈਡਸ ਵਰ ਪੁਲਿੰਗ ਬੈਕ ਫੋਰਸਸ ਐਂਡ ਇਕਵਿਪਮੈਂਟ ਫਰਮ ਸਮ ਸਾਈਟਸ ਅਲੋਂਗ ਦਾ ਡਿਸਪਿਊਟਡ ਏਰੀਆ ਉਹੀ ਜਿਹੜਾ ਪੈਂਗੋਂਗ ਸੋ ਲੇਕ ਹੈ ਔਰ ਇਸ ਸਾਰੇ ਚ ਉਹਨਾਂ ਨੇ ਕਿਹਾ ਹੈ ਕਿ ਭਾਈ ਇਸ ਸਾਰੇ ਚ ਇਸ ਵੇੜੇ ਜਿਹੜੀ ਚੀਨ ਦੀ ਸਟਰੈਂਥ ਹੈ ਅਕੋਰਡਿੰਗ ਟੂ ਦਿਸ ਇੰਟੈਲੀਜੈਂਸ ਰਿਪੋਰਟ ਚਾਈਨਾ ਸੀਕਸ ਟੂ ਯੂਜ਼ ਕੋਆਰਡੀਨੇਟਿਡ ਹੋਲ ਆਫ ਗਵਰਨਮੈਂਟ ਟੂਲਸ ਟੂ ਡਿਮੋਨਸਟ੍ਰੇਟ ਇਟਸ ਗਰੋਇੰਗ ਸਟਰੈਂਥ ਐਂਡ ਕੰਪੈਲ ਰੀਜਨਲ ਨੇਬਰਸ ਟੂ ਐਕਵੀਜ਼ ਟੂ ਬੀਜਿੰਗਸ ਪ੍ਰੀਫਰੈਂਸਸ ਇਨਕਲੂਡਿੰਗ ਇਟਸ ਕਲੇਮਸ ਓਵਰ ਡਿਸਪੂਟਡ ਟੈਰੀਟਰੀ ਐਂਡ ਅਸਰਸ਼ਨਸ ਆਫ ਸੋਵਰਨਿਟੀ ਓਵਰ ਟਾਈਵਾਨ ਕਿ ਵੀ ਉਹ ਸੋਵਰਨਿਟੀ ਤਾਈਵਾਨ ਦੇ ਉੱਤੇ ਵੀ ਚਾਈਨਾ ਅਸਰਟ ਕਰ ਰਿਹਾ ਔਰ ਇਹ ਜਿਹੜੀ ਡਿਸਪਿਊਟਡ ਏਰੀਏ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਦਾ ਕਲੇਮ ਹੈ ਔਰ ਇਸ ਸਾਰੇ 'ਚ ਉਹਨਾਂ ਨੇ ਖਾਸ ਤੌਰ ਤੇ ਜਿੱਥੇ ਚਾਈ ਉਹਨਾਂ ਦੇ ਆ ਰੋਡ ਇਨੀਸ਼ੀਏਟਿਵ ਦੀ ਗੱਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਭਈ ਇਸ ਸਾਰੇ 'ਚ ਬੀਜਿੰਗ ਵੁਡ ਕੰਟੀਨਿਊ ਟੂ ਪ੍ਰਮੋਟ ਦਾ ਮਲਟੀ ਬਿਲੀਅਨ ਡਾਲਰ ਬੈਲਟ ਐਂਡ ਰੋਡ ਇਨੀਸ਼ੀਏਟਿਵ ਟੂ ਐਕਸਪੈਂਡ ਇਟਸ ਇਕਨੋਮਿਕ political and military presence abroad while trying to reduce waste and exploitative practices which have led to international criticism aur ona kya bhi uda ho part jari hai jehda multi billion ona da jehda almost 380 billion dollar de kareeb investment hai so hun eh report jehdi public de samne us congress de samne aayi hai ਉਦੇ ਤੋਂ ਘੱਟੋ ਘੱਟ ਚਾਇਨਾ ਨੂੰ ਤਾਂ ਭੁਲੇਖਾ ਨਹੀਂ ਹੈ ਕਿ ਚਾਇਨਾ ਨੇ ਕੀ ਕਰਨਾ ਹੈ ਪਰ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ opinion makers law makers decision makers ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਭਾਈ ਉਹਨਾਂ ਨੇ ਇਸ ਥ੍ਰੈਟ ਦੇ ਹੁੰਦੇ ਆ ਜਿੱਥੇ US ਇੰਟੈਲੀਜੈਂਸ ਕਹਿੰਦੀ ਹੈ ਕਿ ਮੋਦੀ ਦੇ ਇਰਾਦੇ ਕੀ ਨੇ ਰੀਅਲ অর ਪਰਸੀਵਡ ਰੀਅਲ ਜੋ ਕਸ਼ਮੀਰ 'ਚ ਚੱਲ ਰਿਹਾ ਹੈ ਜਿਹੜੀ ਉਹਨਾਂ ਦੀ ਡਿਫੈਂਸ ਹੈ ਉਹ ਵੀ ਥ੍ਰੈਟ ਨੂੰ ਯੂਜ਼ ਕੀਤਾ ਜਾ ਸਕਦਾ ਹੈ ਔਰ ਸੈਕੰਡਲੀ ਕੋਈ ਮਿਲਿਟੈਂਟ ਅਟੈਕ ਜਿਹੜਾ ਆਪ ਵੀ ਕਰਵਾ ਸਕਦੇ ਨੇ ਔਰ ਕੋਈ ਸਤਿਆ ਜਲਿਆ ਜਿਹੜਾ ਇਹਨਾਂ ਦੇ ਜ਼ੁਲਮਾਂ ਦਾ ਉਹ ਵੀ ਕਰ ਸਕਦਾ ਇਹ ਵੀ ਪਾਕਿਸਤਾਨ ਦੇ ਉੱਤੇ ਹਮਲਾ ਕਰਨ ਦੇ ਲਈ ਇਹਨਾਂ ਦਾ ਜਿਹੜਾ ਉਹ ਬਹਾਨਾ ਹੋ ਸਕਦਾ ਸੋ ਇਹ ਸਭ ਦੇ ਬਾਵਜੂਦ ਵੀ ਜੇ ਉਹਨਾਂ ਨੂੰ ਲੱਗਦਾ ਕਿ ਭਾਰਤ ਦੇ ਨਾਲ ਅਸੀਂ ਦੋਸਤੀ ਕਰਨੀ ਹੈ ਅਮਨ ਕਰਨਾ ਹੈ ਮੂੰਬਤੀਆਂ ਜਗਾਉਣੀਆਂ ਹੈ ਵਾਗਾ ਤੇ ਹੁਸੈਨੀਵਾਲਾ ਤੇ ਫਿਰ ਭਾਈ ਤੁਹਾਡੀ ਮਰਜ਼ੀ ਹੈ ਪਰ ਇਹ ਹਕੀਕਤ ਹੈ ਕਿ ਇਹਨਾਂ ਦੇ ਦਿਲੋ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਚੱਲ ਰਿਹਾ ਹੈ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਨੇ ਨੇ ਬ੍ਰੇਕ ਲਈ ਤੁਹਾਨੂੰ ਚਾਹੇ ਪੰਨਾ ਸੀ ਪਰ ਦਰਸ਼ਕਾਂ ਦੇ ਸਰੋਤਿਆਂ ਨੂੰ ਪੀਲਤੀ ਬੇਨਤੀ ਕਰਦੀ ਵਿਊਅਰਸਾਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ ਟੀਵੀ 84 ਗੁਰਨਾਨ ਸਾਹਿਬ ਦੇ ਸਾਂਝੀ ਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰਿਆ ਹੈ ਸੋ ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ ਤੁਸੀਂ ਟੀਵੀ 84 ਦੀ ਮਾਈਕ ਸਹਾਤਾ ਕਰੋ ਤੁਸੀਂ ਆਪਣੀ ਮਾਈਕ ਸਹਾਤਾ ਸਾਡੀ ਵੈਬਸਾਈਟ cb4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਜਨੇਟ ਕਰ ਸਕਦੇ ਹੋ ਮੰਥਲੀ ਜਨੇਟ ਵੀ ਕਰ ਸਕਦੇ ਹੋ ਤੁਸੀਂ ਡੋਨੇਟ ਕਰਨ ਲਈ ਜਲ ਹਰ ਕਿਸਮ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਪੇਪਲ ਦੀ ਵਰਤੋਂ ਕਰ ਸਕਦੇ ਹੋ ਤੁਸੀਂ cb4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਨਿਊ ਲੌਗਲੈਂਡ ਸਿਟੀ ਨਿਊਯਾਰਕ 11101 USA ਚਾਹ ਫਿਰ ਤੁਸੀਂ ਨਾ ਫੋਨ ਰਾਈਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਨਾ ਈਮੇਲ ਵੀ ਕਰ ਸਕਦੇ support@tv4.tv ਤੇ ਅਸੀਂ ਤੁਹਾਡੇ ਤੈਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸਵਥਲੇ ਨੇ ਬ੍ਰੇਕ ਪਿਅਰਸ ਤੁਸੀਂ ਨਾਲ ਇਸ ਤਰ੍ਹਾਂ ਹੀ ਬਨੇ ਰਹਿਣਾ ਮਿਲਦੇ ਆ ਛੋਟੇ ਜਿਹੀ ਵਕਤੇ ਦੁਬਾਰਾ